ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਾ ਦੀ ਵਾਰ ਦਾ 22ਵਾਂ ਛੱਕਾ ਗਾਇਨ ਕਰਨਾ ਸਿੱਖਾਂਗੇ। ਸਾਰੀਆਂ ਸ਼ੁੱਧ ਸੁਰਾਂ ਵਿੱਚ ਇਹ ਵੀ ਕੰਪੋਜੀਸ਼ਨ ਆਪਾਂ ਕਰਨੀ ਹੈ। ਦਾਦਰਾ ਤਾਲ ਦੇ ਵਿੱਚ ਇਸ ਦੀ ਸ਼ੁਰੂਆਤ ਹੈ। ਪਹਿਲਾਂ ਮੈਂ ਇੱਕ ਵਾਰ ਤਬਲੇ ਨਾਲ ਗਾਇਨ ਕਰਕੇ ਦੱਸਾਂਗਾ, ਉਸ ਤੋਂ ਬਾਅਦ ਉਸਦੀ ਸਰਗਮ ਅਤੇ ਉਸਦੇ ਉੱਪਰ ਸ਼ਬਦ ਨੂੰ ਕਿਸ ਤਰ੍ਹਾਂ ਲਗਾਉਣਾ ਹੈ ਮੈਂ ਸਲੋ ਸਲੋ ਕਰਕੇ ਵਜਾ ਕੇ ਦੱਸਾਂਗਾ। ਸਰਗਮ ਦੇਖੋ, ਜਿਨੀ ਗੁਰਮੁਖ ਨਾਮ, ਇੰਨੀ ਸਰਗਮ ਦੇਖੋ ਸਿਰਫ, ਗਾ ਪਾ ਸਾ ਸਾ ਨੀ ਰੇ ਸਾ ਸ਼ਬਦ, ਜਿਨੀ ਗੁਰਮੁਖ ਨਾਮ। ਇੱਕ ਵਾਰੀ ਫੇਰ ਸਲੋ ਦੇਖੋ, ਜਿਨੀ ਗੁਰਮੁਖ ਨਾਮ। ਨੈਕਸਟ ਟਾਈਮ ਤੇ ਇਹਦੀ ਸਰਗਮ ਦੇਖੋ, ਸਾਨੀ ਸਾ ਗਾ ਰੇ ਸਾਨੀ ਧਾ ਪਾ, ਫਿਰ ਦੇਖੋ, ਸਾਨੀ ਸਾ ਗਾ ਰੇ ਸਾਨੀ ਧਾ ਪਾ। ਹੁਣ ਸ਼ਬਦ ਦੇਖੋ, ਤੇ ਆਇਆ, ਫਿਰ ਨੈਕਸਟ ਜਿਹੜੀ ਲਾਈਨ ਹੈ ਇੱਥੋਂ ਸ਼ੁਰੂ ਕਰ ਦੇਣੀ, ਤਿੰਨਾ ਫਿਰ ਵਿਘਨ, ਤਿੰਨਾ ਫਿਰ, ਤਿੰਨਾ ਫਿਰ ਪਾ ਪਾ ਧਾ, ਤਿੰਨਾ ਫਿਰ ਵਿਘਨ ਨਾ ਹੋਈ, ਨੀ ਨੀ ਸਦਾ ਪਾਗਾ, ਨੀ ਨੀ ਸਦਾ ਪਾਗਾ, ਵਿਘਨ ਸ਼ਬਦ ਦੇਖੋ, ਵਿਘਨ ਨਾ ਹੋਈ ਰਾਮ ਰਾਜੇ। ਗਾ ਮਾ ਧਾ ਧਾ ਪਾ ਪਾ ਰਾਮ ਰਾਜੇ, ਜਿਹੜੀ ਸਰਗਮ ਕੀਤੀ ਹੈ, ਬਾਕੀ ਸਾਰਾ ਇਹ ਵਾਲਾ ਸ਼ਬਦ ਇਹੀ ਸਰਗਮ ਤੇ ਆਉਣਾ ਹੈ। ਜਿਨੀ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ, ਜਿਨੀ ਸਤਿਗੁਰ ਪਿਆਰਾ ਸੇਵਿਆ, ਤਿਨਾ ਸੁਖ ਸਦ ਹੋਈ, ਜਨ ਨਾਨਕ ਸਤਿਗੁਰ ਭੇਟਿਆ,
ਇੱਥੇ ਸਮਾਪਤੀ ਹੋ ਜਾਣੀ ਹੈ। ਦੇਖੋ ਸਰਗਮ, ਹਰ ਸੋਈ ਹਰ ਸੋਈ, ਸਰਗਮ ਗਾ ਮਾ ਧਾ ਧਾ ਪਾ ਗਾ ਮਾ ਰੇ ਸਾ ਨੀ ਸਾ, ਸ਼ਬਦ ਦੇਖੋ, ਹਰ ਸੋਈ ਹਰ ਸੋਈ, ਜਿਹੜੀ ਸ਼ਬਦ ਦੀ ਇਹਦੀ ਸਰਗਮ ਹੈ। ਇੱਕ ਵਾਰੀ ਧਿਆਨ ਨਾਲ ਦੇਖ ਲਓ, ਤੁਸੀਂ ਕਾਪੀ 'ਤੇ ਲਿਖ ਸਕਦੇ ਹੋ, ਜਿੰਨੀ ਗੁਰਮੁਖ ਨਾਮ, ਮੈਂ ਸਰਗਮ ਬੋਲਦਾ ਸਿਰਫ, ਗਾ ਪਾ ਸਾ ਸਾ ਨੀ ਰੇ ਸਾ ਸਾ ਨੀ ਸਾ ਗਾ ਰੇ ਸਾ ਨੀ ਧਾ ਪਾ ਧਾ ਨੀ 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 ਸਾ ਧਾ ਪਾ ਪਾ ਗਾ ਮਾ ਧਾ ਪਾ ਪਾ ਪਾ, ਇਹ ਸਰਗਮ ਹੈ, ਇਹਦੇ ਪਰ ਹੀ ਸਾਰਾ ਚੱਲਣਾ ਹੈ। ਹੁਣ ਇਸ ਤੋਂ ਬਾਅਦ ਸਲੋਕ ਸਾਈਡ ਵਾਲਾ ਸਿੰਘ ਬੋਲੇਗਾ। ਸਲੋਕ ਮਹੱਲਾ ਦੂਜਾ, ਚਾਕਰ ਲੱਗੇ ਚਾਕਰੀ ਨਾਲੇ ਦਰਬਾਰ, ਗੱਲਾਂ ਕਰੇ ਕਲੇਰੀਆਂ ਹੱਸਣਾ ਪਾਏ ਸਾਦ। ਤੁਸੀਂ ਇੱਦਾਂ ਕਰਨਾ ਇੱਦਾਂ ਕਰ ਸਕਦੇ ਹੋ, ਨਹੀਂ ਸਿੰਪਲ ਕਰ ਲਓ। ਸਲੋਕ ਮਹੱਲਾ ਦੂਜਾ, ਚਾਕਰ ਲੱਗੇ ਚਾਕਰੀ ਨਾਲੇ ਦਰਬਾਰ, ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲਗਾਓ ਤਿਸ ਮਿਲੇ ਲਗਾਓ ਸੋ ਪ੍ਰਮਾਣ। ਫਿਰ ਤੁਸੀਂ ਸਾਹ ਤੇ ਆਉਣਾ ਹੈ, ਫਿਰ ਮਹੱਲਾ ਦੂਜਾ ਲੈਣਾ ਹੈ ਸਾਈਡ ਵਾਲੇ ਸਿੰਘ ਨੇ ਹੀ। ਮਹੱਲਾ ਦੂਜਾ, ਜੋ ਜੀਏ ਹੋਏ ਸੋ ਉਗਵੈ ਮੁਕਾ ਕਹਿਆ ਵਾਓ, ਬੀਜੇ ਬਿਕ ਮੰਗੇ ਅੰਮ੍ਰਿਤ ਵੇਖੋ ਨਿਆਓ। ਮਹੱਲਾ ਦੂਜਾ, ਨਾਲੇ ਨਾਲੇ ਦੋਸਤੀ ਕਦੇ ਨਾ ਆਵੇ ਰਾਸ, ਸਿੰਪਲ ਗੱਲ, ਨਾਲੇ ਨਾਲੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋਰ ਤੈ ਵੇਖੋ ਕੋ ਨਿਰਦਾਸ, ਬਸ ਤੂੰ ਅੰਦਰ ਵਸਣਾ ਲੈ। ਦੂਜੀ ਹੋਵੇ ਪਾਸ, ਤੁਸੀਂ ਸਿੰਪਲ ਕਰਨਾ, ਬਸ ਤੂੰ ਅੰਦਰ ਵਸਣਾ ਲੈ, ਦੂਜੀ ਹੁਕਮ ਨਾ ਚਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ। ਫਿਰ ਮੇਨ ਸਿੰਘ ਨੇ ਲੈਣਾ ਹੈ ਸਲੋਕ, ਹੈਡ ਰਾਗੀ ਸਿੰਘ ਨੇ। ਨਾਲਿਆਂ ਨੇ ਦੋਸਤੀ ਵੱਡਾ ਰੁਸਿਉਨੇ, ਪਾਣੀ ਅੰਦਰ ਲੀਕ ਜਿਉ ਤਿਸਦਾ ਥਾਂ ਮਥੇ। ਮਹੱਲਾ ਦੂਜਾ, ਹੋਏ ਆਣਾ ਕਰੇ ਕੰਮ ਨਾ ਸਕੇ ਰਾਸ, ਕਰਨਾ ਹੈ ਕਰ ਲਓ, ਨਹੀਂ ਤਾਂ ਜੇ ਅੱਧ ਚੰਗੀ ਕਰੇ ਦੂਜੀ ਵਿਰਾਸ। ਇੱਥੇ ਫਿਰ ਪੌੜੀ ਆ ਜਾਣੀ ਹੈ ਕੈਰਵੇ ਵਿੱਚ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵਿਰਾਸ, ਪੌੜੀ ਚੱਕਰ ਲੱਗੇ ਚੱਕਰੀ ਜੇ ਕਹੀ ਐਸਾ
ਸਰਗਮ ਦੇਖੋ, ਜਿਹੜਾ ਪਿੱਛੇ ਛੱਕਾ ਕੀਤਾ ਹੈ ਉਹੀ ਸਰਗਮ ਲੱਗਣੀ ਹੈ। ਪੌੜੀ ਚੱਕਰ ਲੱਗੇ ਚੱਕਰੀ ਸਾਰੇ ਗਾ ਗਾ ਪਾ ਗਾ ਰੇ ਸਾ ਰੇ ਸਾ, ਬਸ ਇਹ ਸ਼ੁਰੂ 'ਚ ਹੀ ਲੱਗਣੀ ਹੈ ਸਰਗਮ, ਬਾਅਦ 'ਚੋਂ ਸਾਰੀ ਬਾਅਦ ਵਾਲੀ ਲੱਗਣੀ ਹੈ। ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ, ਬਸ ਇੱਥੋਂ ਸ਼ੁਰੂ ਹੋ ਜਾਣੀ ਹੈ, ਬਾਕੀ ਸਾਰੀ ਪੌੜੀ ਇੱਥੋਂ ਸ਼ੁਰੂ ਹੋਣੀ ਹੈ। ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ, ਫਿਰ ਇੱਥੇ ਤੂੰ ਮਾਤ ਸਰਗਮ ਦੇਖੋ, ਮਾਂ 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 ਧਾ ਧਾ ਪਾ ਮਾ ਗਾ ਰੇ ਸਾ ਰੇ ਸਾ, ਸ਼ਬਦ ਦੇਖੋ, ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਜਹੋ, ਸੇਮ ਹੋਈ ਸਰਗਮ, ਉਹ ਵਜਹੋ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਪਾਏ ਅਗਲਾ ਮੂਹੇ ਮੂਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਕਹੀਏ ਸਾ ਬਾਸ ਨਾਲ ਹੁਕਮਾ ਚੱਲੇ, ਫਿਰ ਇੱਥੋਂ ਚੱਕਣਾ ਹੈ ਉੱਪਰ ਜਾਣਾ ਹੈ, ਨਾਲ ਖਸਮ ਗਾ ਪਦਾ ਸਾ ਨਾਲ ਖਸਮ ਚੱਲੇ ਅਰਦਾਸ ਦਾਸ ਰੇ ਰੇ ਸਾ ਚੱਲੇ ਅਰਦਾਸ ਧਾ ਪਾ ਮਾ ਧਾ ਪਾ ਚੱਲੇ ਅਰਦਾਸ ਗਾ ਰੇ ਸਾ ਗਾ ਰੇ ਸਾ। ਇਹ ਪੌੜੀ ਹੋ ਗਈ ਹੈ, ਇਸ ਤੋਂ ਬਾਅਦ ਤਬਲੇ ਵਾਲੇ ਸਿੰਘ ਨੇ ਗਾਇਨ ਕਰਨੀ ਹੈ, ਬੋਲਣੀ ਹੈ ਬਿਨਾਂ ਰਿਧਮ ਤੋਂ। ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਹਾਏ ਹੁਰਮਤ ਇਸ ਨੂੰ ਅਗਲੀ ਉਹ ਵਜੋਂ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੂੰਹ ਨੂੰ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਇਹ ਹੋ ਗਿਆ ਹੈ ਤੁਹਾਡਾ 22ਵਾਂ ਛੱਕਾ। ਜਿਹੜੇ ਇਹ ਵੀਡੀਓ ਦੇਖ ਰਹੇ ਹਨ, ਪਿਛਲੀਆਂ ਵੀਡੀਓ ਵਿੱਚ ਤੁਸੀਂ ਆਸਾ ਦੀ ਵਾਰ ਦੇ ਸਾਰੇ ਛੱਕੇ ਸਿੱਖ ਸਕਦੇ ਹੋ। ਨੈਕਸਟ ਵੀਡੀਓ ਵਿੱਚ ਆਪਾਂ ਆਸਾ ਦੀ ਵਾਰ ਦਾ 23ਵਾਂ ਛੱਕਾ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।